发财，好呀神呀कमेंट करके दसो किने किने स्कूल टाइम पेटी खाधी आलू वाली ब्याह करो फिर हां जी मैं कहता हदीए ਹਾਂਜੀ ਲਓ ਵੇ ਮਿੱਤਰੋ ਮੋਰਨਿੰਗਾਂ ਹੋ ਗਈਆਂ ਵਹਿਰੀਆਂ ਗੁੱਡ ਸ਼ਾਮ ਦੇ ਵੱਜ ਗਏ ਆ 5 ਅਤੇ ਅੱਖਾਂ ਵਿੱਚ ਹਲੇ ਵੀ ਨੀਂਦ ਆ ਓਏ ਹੋਏ ਹੋਏ ਬਹੁਤ ਦੁਖੀ ਹੋ ਰਿਹਾ ਮੈਂ ਇੱਕ ਦਿਨ ਨੀਂਦ ਆ ਰਹੀ ਇੱਕ ਦਿਨ ਨੀਂਦ ਨਹੀਂ ਆ ਰਹੀ ਕੰਮ ਨੂੰ ਲੈ ਕੇ ਥੋੜ੍ਹਾ ਜਿਹਾ ਮੈਂ ਸਖਤ ਹੋ ਗਿਆ ਇਸ ਲਈ ਟੈਨਸ਼ਨਾਂ ਬਹੁਤ ਆ ਡੇਲੀ ਵਲੋਗਿੰਗ ਕਰਨੀ ਸਨੈਪਚੈਟ ਬਣਾਉਣੀ ਇੰਸਟਾਗ੍ਰਾਮ 'ਤੇ ਪ੍ਰਮੋਸ਼ਨਾਂ ਪਾਉਣੀਆਂ ਕਿਆ ਵੱਧਦੀ ਦੱਸੀ ਗੋਲ ਗੱਪੇ ਚੱਲਦੇ ਪਏ ਸਵੇਰੇ ਸਵੇਰੇ ਉਹ ਸ਼ਾਮੀ ਸ਼ਾਮੀ ਨਹੀਂ ਟਲਿਆ ਨਾ ਤੂੰ ਨਹੀਂ ਟਲਿਆ ਹੁਣੇ ਕਹਿੰਦਾ ਮੈਂ ਗੋਲ ਗੱਪੇ ਖਾਣੇ ਨਹੀਂ ਹੈਗੇ ਤਾਂ ਹੁਣ ਖਾਣ ਵੀ ਡਿਆ ਬਾਂਦਰ ਜਿਹੜਾ ਹੋਵੇ ਤਾਂ ਕੱਲ੍ਹ ਮੂਆ ਹੋਰ ਕੁਛ ਮਿੱਤਰੋ ਸਵੇਰੇ ਸਵੇਰੇ ਮਤਲਬ ਕਿ ਹੁਣ ਮੈਂ ਉੱਠਿਆ ਅਤੇ ਇਹਨਾਂ ਨੇ ਕੀਤਾ ਹੋਇਆ ਢੋਕਲਾ ਔਡਰ ਇੱਧਰ ਪਾਣੀ ਪੂਰੀ ਇੱਧਰ ਕੀ ਆ ਰਸਮਲਾਈ ਬਸ ਸਮੋਸੇ ਸਮੋਸੇ ਗੋਲ ਗੱਪੇ ਗੋਲ ਗੱਪਿਆਂ ਸਿੱਖਿਆ ਅਕਸ਼ੇ ਕੁਮਾਰ ਤੋਂ ਹੈਗਾ ਦੇ ਕੀ ਯਾਰ ਕੀ ਚੈੱਕ ਕਰ ਕਛੂਆ ਜਿਹਾ ਇਸਤੀ ਹੈ ਨਾ ਮੁੱਕ ਗਏ ਜਿਗਰਾ ਚੈੱਕ ਕਰ ਜਿਮ ਵਾਲੇ ਚਟਨੀ ਵੱਧ ਖਾਂਦੇ ਆ ਡਾਈਟ ਹੈ ਨਾ ਬਾਈ ਸਹੀ ਆ ਮਿੱਤਰੋ ਕਹਿੰਦੇ ਫੋਨ ਆ ਗਿਆ ਉਧਰੋਂ ਵਿਨੇ ਭਾਈ ਦਾ ਕਹਿੰਦੇ ਮਹੀਸ਼ੀ ਨੇ ਬਣਾਈ ਆ ਭੁਰਜੀ ਪਨੀਰ ਵਾਲੀ ਤੇ ਉਧਰ ਫਲੈਟ ਆ ਜਾ ਤੇ ਆਪਾਂ ਵੀ ਬਹੁਤੀ ਦੇਰ ਨਾ ਕਰਦੇ ਹੋਏ ਤੁਰ ਪਏ ਦੋਨੋਂ ਉਧਰਲੇ ਫਲੈਟ ਵੱਲ ਨੂੰ ਤੇ ਉੱਥੇ ਖਾਵਾਂਗੇ ਜਾ ਕੇ ਕੀ ਵਿੱਕੀ ਕੁਰਜੀ ਕੁਰਜੀ ਪਨੀਰ ਦੀ ਭੁਰਜੀ ਖਾਵਾਂਗੇ ਵੀਰੇ ਜਦੋਂ ਪਨੀਰ ਦੀ ਭੁਰਜੀ ਅੰਦਰ ਜਾਊਗੀ ਨਾ ਹੋਏ ਹੋਏ ਕਿਆ ਬਾਤਾਂ ਕਹਿੰਦੇ ਇਸ਼ਕ ਮਾਹੌਲ ਹੋਏ ਨਾ ਜੇ ਸਵਾਦ ਬਣਾਈ ਹੋਈ ਜੇ ਸਵਾਦ ਹੀ ਨਾ ਬਣਾਈ ਹੋਈ ਫੇਰ ਕੰਮ ਰੋਗ ਵੀ ਹੋ ਸਕਦਾ ਇਹ ਚਪੇੜਾਂ ਰੌਣਕਾਂ ਲੱਗੀਆਂ ਪਈਆਂ ਸੋਸਾਇਟੀ ਦੇ ਵਿੱਚ ਪੂਲ ਚੱਲ ਪਿਆ ਕਹਿੰਦੇ
ਨਿਆਣਿਆਂ ਲਈ ਆ ਮੰਮਾ, ਤੇਰੇ ਲਈ ਨਹੀਂ ਹੈਗਾ, ਬੱਚਿਆਂ ਲਈ ਆ। ਮਿੱਤਰੋ ਕਹਿੰਦੇ ਉਹ ਬਾਬਾ ਸ਼ਿਮਲਾ ਬਣਾਇਆ ਪਹਿਲਾਂ ਤਾਂ ਬੰਦ ਕਰੀ ਸੀ, ਬਿੱਲ ਪਤਾ ਕਿੰਨਾ ਆ ਗਿਆ, ਬਿੱਲ ਪਤਾ ਕਿੰਨਾ ਆਇਆ, 15,847, 15,000 ਦਾ 847 ਵੀਰੇ। ਆਹ ਨਵਾਂ ਜਿਹੜਾ ਹੁਣ ਉਹਦੀ ਗੱਲ ਕਰਦਾ, 8,000 ਵਾਲਾ ਤਾਂ ਨਿਕਲ ਗਿਆ, ਇੱਕ ਇੱਕ ਮਹੀਨੇ ਬਾਅਦ ਆਉਂਦਾ ਪਿਆ। ਤੈਨੂੰ ਮੈਂ ਕਹੀ ਆ ਨਾ ਏਸੀ ਬੰਦ ਕਰਕੇ ਇਕੱਲਾ ਪੱਖਾ ਚਲਾ, ਬਣਾਇਆ ਪਨੀਰ, ਪਨੀਰ ਬਣਾਇਆ ਫੇ ਤੇ ਰੋਟੀਆਂ, ਰੋਟੀਆਂ ਫੇਰ ਖਾਣਾ ਕਹਿੰਦੇ ਨਾ, ਪਨੀਰ ਬ੍ਰੈਡ ਹੈਗੇ ਮੈਨੂੰ ਲੱਗਦਾ ਨੀ। ਕਹਿੰਦੇ ਵਾਸੂ ਨੇ ਬਣਾਇਆ ਪਨੀਰ, ਓਏ ਹੋਏ ਹੋਏ ਤੇਰੀ ਇਹਨੂੰ ਮੈਂ ਨੀ ਖਾਣਾ, ਮੈਂ ਨੀ ਖਾਣਾ, ਤਰੀ ਵਾਲਾ ਪਨੀਰ ਕੌਣ ਬਣਾਉਂਦਾ ਸਾਲਿਆ, ਮੈਂ ਨੀ ਖਾਣਾ, ਚੈੱਕ ਕਰਕੇ ਆ, ਓਵੇ ਪਨੀਰ ਚੈੱਕ ਕਰਕੇ ਆ ਜਾ, ਪਨੀਰ ਦੀ ਭੁਰਜੀ ਬਣਾਈ ਆ ਸਹੀ, ਤੂੰ ਉੱਠ ਉੱਠ, ਕਿਉਂ ਤੂੰ ਬਸ ਦੇਖਣਾ ਕਿ ਪਨੀਰ ਦੀ ਭੁਰਜੀ ਆ ਕਿ ਤੈਨੂੰ ਕੀ ਲੱਗਦਾ ਪਿਆ। ਤੇਲ ਦੇ ਕਰ ਤੈਰਦਾ ਪਿਆਰੇ, ਸੁੱਕਾ ਹੁੰਦਾ ਜਮਾ, ਤੇਲ ਬਹੁਤ ਜ਼ਿਆਦਾ ਪਾ, ਪਨੀਰ ਪਾ ਕੇ ਲਿਆ ਪ੍ਰਾਹੁਣੇ ਆ, ਪਹਿਲੀ ਵਾਰ ਤਾਂ ਮੰਮਾ ਇਹਦੇ ਫਲੈਟ ਚ ਕੁਛ ਬਣਿਆ, ਜਾ ਭੱਜ ਜਾ ਭੱਜ ਜਾ, ਪਹਿਲੀ ਵਾਰ ਤਾਂ ਫਲੈਟ ਚ ਕੁਛ ਬਣਿਆ ਆ, ਕਿਤੇ ਵਾਂਗੂ ਮੁਬਾਰਕ ਹੋ ਗਿਆ ਵਿੱਕੀ ਭਰਾ ਨੂੰ, ਰੱਬ ਨੇ ਬਣਾ ਤੀ ਜੋੜੀ। ਓ ਭਾਜੀ ਯਾਰ ਕੀ ਕਾਕੇ ਇਹਨੂੰ ਇਹ ਨੀ ਪਤਾ ਕਾਪੀ ਰਾਈਟ ਆ ਨੀ ਸਕਦਾ, ਹੁਣ ਮੈਨੂੰ ਸਕੀਮ ਪਤਾ ਲੱਗ ਗਈ ਆ, ਲਓ ਵੀ ਮਿੱਤਰੋ ਕਹਿੰਦੇ ਮੁੰਡਿਆਂ ਨੇ ਖਿੱਚ ਲਈ ਆ ਤਿਆਰੀ,
ਅੱਜ ਕਰਾਵਾਂਗੇ ਆਪਾਂ ਦੋ ਹੀ ਗੱਡੀਆਂ ਦੀ ਲੈਣ ਮੈਂ ਕਸੋਲ ਚੱਲ ਜਾਣਾ ਦੇਖੀ ਮੈਂ ਘੁੰਮਣ ਜਿੱਦਣ ਮੈਂ ਨਾ ਦੁਖੀ ਹੋਇਆ ਮੈਂ ਕਸੋਲ ਘੁੰਮ ਗਾਉਣੇ ਆਪਣੇ ਏਦਾਂ ਹੀ ਚੱਲ ਜਾਣਾ ਆਪਾਂ ਸਾਰਿਆਂ ਨੇ ਕਸੋਲ ਵਧੀਆ ਉੱਥੇ ਠੰਡੇ ਲਾ ਕੇ ਰਹਿ ਕੇ ਆਵਾਂਗੇ ਦੋ ਤਿੰਨ ਦਿਨ ਤੇ ਉੱਥੇ ਘੁੰਮ ਕੇ ਆਵਾਂਗੇ ਪਰ ਹਾਲੇ ਨੀ ਹਾਲੇ ਕੰਮ ਕਰ ਲਈਏ ਗਾਣੇ ਗੁਣੇ ਸ਼ੇਅਰ ਛੱਡ ਲਈਏ 24-25 ਨੂੰ ਆਪਾਂ ਦੂਜੇ ਗਾਣੇ ਦੀ ਵੀਡੀਓ ਕਰਨੀ ਹੈ ਹੁਣ ਆਪਾਂ ਕਰਾਉਣ ਚੱਲੇ ਦੋ ਹੀ ਗੱਡੀਆਂ ਦੀ ਲੈਣਮੈਂਟ ਕਿਉਂਕਿ ਟਾਇਰ ਪਵਾਏ ਹੋਏ ਆ ਟਾਇਰ ਪਵਾਉਣ ਤੋਂ ਬਾਅਦ ਥਾਰ ਦੀ ਲੈਣਮੈਂਟ ਕਰਾਈ ਨੀ 10 ਮਹੀਨੇ ਹੋ ਗਏ ਇੱਦਾਂ ਹੀ ਚਲਾਈ ਜਾਂਦਾ ਪਿਆ ਸੋ ਨੁਕਸਾਨ ਹੋ ਸਕਦਾ ਹੁਣ ਚੇਤਾ ਆ ਗਿਆ ਪਰ I20 ਦਾ ਟਾਇਰ ਕੱਲ੍ਹ ਚੇਂਜ ਕਰਾਇਆ ਇਸ ਲਈ ਉਹਦੀ ਲੈਣਮੈਂਟ ਕਰਾਉਣੀ ਜ਼ਰੂਰੀ ਆ ਥੱਕਿਆ ਥੱਕਿਆ ਲੱਗਦਾ ਮੈਨੂੰ ਪਨੀਰ ਖਾ ਕੇ ਪਨੀਰ ਥੋੜੀ ਬਣਾਇਆ ਸੀ ਉਹ ਵੀ ਪਤਾ ਨਹੀਂ ਕੀ ਬਣਾਇਆ ਤਰੀ ਤਰੀ ਦਾ ਆ ਟਮਾਟਰ ਵਿੱਚ ਤੁਰੇ ਫਿਰਦੇ ਆਂ ਜੀ ਮੱਛੀ ਵੀ ਤਿਆਰ ਦੇ ਫਿਰਦੀ ਹੁੰਦੀ ਉਹ ਮੈਂ ਤਿਆਰ ਦੇ ਪਿਆਜ਼ ਕਿੱਦਾਂ ਘੁੰਮਦੇ ਜੀ ਆਏ ਸੀਗੇ ਲੈਣਮੈਂਟ ਕਰਾਉਣ ਪਰ ਦੁਕਾਨ ਨਿਕਲੀ ਆ ਬੰਦ ਤੇ ਵਿੱਕੀ ਥੋੜਾ ਤੁਹਾਨੂੰ ਪਤਾ ਗਰਾਰੀ ਬਾਜ ਆ ਵਿੱਕੀ ਦੀ ਗਰਾਰੀ ਅੜ ਗਈ ਕੁੜੀਆਂ ਤੇ ਵਿੱਕੀ ਕਹਿੰਦਾ ਆ ਮੈਂ ਹੁਣ ਖਾਣੀਆਂ ਆਲੂ ਪੈਟੀਆਂ ਤੇ ਆਲੂ ਪੈਟੀਆਂ ਲੈਣ ਚੱਲਾ ਆ ਹੁਣ ਆਲੂ ਪੈਟੀਆਂ ਖਾਵਾਂਗੇ ਗਲਤ ਚੀਜ਼ਾਂ ਹੀ ਬਹੁਤ ਖਾ ਰਹੇ ਹਾਂ ਸਿਹਤ ਸਵਾਹ ਬਣੀ ਸਲਾਹ ਹੋ ਰਹੀ ਉੱਧਰ ਉੱਧਰ ਵਿਨੇ ਹਾਂ ਨਾ ਕਰਦਾ ਹੁਣ ਉੱਧਰ ਵਾਸੂ ਆਪ ਤੂੰ ਖਾਣੀ ਆ ਤੂੰ ਖਾਣੀ ਆ ਮੇਰੀਆਂ ਦੋ ਦੋ ਵਾਸੂ ਹੁਣੀ ਆਪ ਉਤਰੇ ਨੇ ਵਾਸੂ ਹੀ ਲੈ ਤਾ ਕੰਮ ਕੋਈ ਨਹੀਂ ਤੇ ਥਕਾਵਟ ਦੇ ਕੇ ਇਹਨਾਂ ਨੂੰ ਕਿੱਦਾਂ ਹੋ ਜਾਂਦੀ ਆ ਇਹ ਪਹੁੰਚੀ ਅੰਦਰ ਲੈ ਤਾਂ ਲੈ ਤਾ ਟਿੱਡਾ ਬਦਮਾਸ਼ ਚੈੱਕ ਤਾਂ ਕਰ ਨਾਲ ਉਹਦੀ ਟੀ ਸ਼ਰਟ ਪਾ ਕੇ ਕਿੱਦਾਂ ਤੁਰੇ ਪੋਏ ਹੋਏ ਯਾਰ ਤੇਰੀ ਯਾਰੀ ਕੋ ਮੈਨੇ ਤੋ ਖੁਦ ਅਰੇ ਮਾਜੇ ਨੂੰ ਹੱਥ ਪਊਗਾ ਮਾਜੇ ਨੂੰ ਤੁਹਾਨੂੰ ਕੀ ਲੱਗਦਾ ਮਾਜਾ ਤੂੰ ਕੋ ਸਾਹਿਬ ਤੁਹਾਡੇ ਕਿਆ ਬਾਤ ਕਿਆ ਬਾਤ ਪੈਟੀਆਂ ਲੈ ਕੇ ਆ ਗਿਆ ਮੁੰਡਾ ਪੈਟੀਆਂ ਕਹਿੰਦੇ ਹੈ ਘਾਟਾ ਪੈ ਗਿਆ ਬਸ ਨੂੰ ਕੀ ਹੋਇਆ ਆ ਕੋਨੇ ਆ ਲੈ ਲੈ ਆਈਸਕ੍ਰੀਮ ਤੇ ਪੈਟੀ ਕਰਾ ਲਈ ਮੈਂ ਪਹਿਲਾਂ ਕਹਿੰਦਾ ਜੂਸ ਪੀਣਾ ਜੂਸ ਲੈ ਲਿਆ ਫਿਰ ਆਈਸਕ੍ਰੀਮ ਲੈ ਲਈ ਦੋਨੇ ਤੇ ਆਪ ਸਟੀਕ ਪਾਣ ਲੱਗ ਗਿਆ ਮੈਂ ਕਿਹਾ ਮੈਂ ਵੀ ਪਾਣੀ ਸਟੀਕ ਮੈਂ ਖਾਣੀ ਤਾਂ ਨਹੀਂ ਸੀ ਠੀਕ ਹੈ ਮੈਂ ਕਿਹਾ ਚੱਲ ਮੈਨੂੰ ਵੀ ਪਾਣ ਦੇ ਉਹ ਆਪਣੀ ਸਟੋਰੀ ਬਣਾਉਣ ਲੱਗ ਗਿਆ ਖਾਣੀ ਤਾਂ ਨਹੀਂ ਤੂੰ ਸਟਿੱਕਾ ਪਾ ਰਿਹਾ ਮੈਂ ਖੋਲਿਆ ਮੈਂ ਕਿਹਾ ਹੁਣ ਖਾਣੀ ਹੁਣ ਬਹਿ ਗਿਆ ਕੱਚਾ ਜੋ ਕੱਚਾ ਜੋ ਕੇ ਬਹਿ ਗਿਆ ਉਹ ਰੋਂਦਾ ਹੋਣਾ ਉਰੇ ਰੋ ਹੀ ਰਿਹਾ ਬਹਿ ਗਿਆ ਹੁਣ ਕੱਚਾ ਹੋ ਗਿਆ ਦੋ ਹੀ ਭਰਾ ਪੈਟੀਆਂ ਖਾਈਏ ਪਰਸੋਸ ਕਿੱਥੇ ਬਾਬਾ ਸੋ ਮਿੱਤਰੋ ਜਿਮ ਹੋ ਗਈ ਆਪਣੀ ਡਨ ਆ ਤੇ ਸੀਗਾ ਲੈਗ ਡੇ ਸਕਿੱਪ ਆਪਾਂ ਕੀਤਾ ਨੀ ਬਿਨੇ ਭਾਜੀ ਕਹਿੰਦਾ ਮੈਂ ਠੀਕ ਨਹੀਂ ਹੈਗਾ ਮੈਥੋਂ ਜਾ ਨਹੀਂ ਹੁਣ ਇਸ ਲਈ ਆਪਾਂ ਜਿਮ ਮੈਂ ਕਿ ਲਾਗੀ ਲਾਣੀ ਇੱਥੇ ਟੈਂਕ ਜਿਮ ਹੀ ਲਾਣੀ ਜਿਮ ਤੇ ਹੁਣ ਆਪਾਂ ਜਿਮ ਲਾ ਕੇ ਹੋ ਗਏ ਵਿਹਲੇ ਤਿੰਨ ਐਕਸਰਸਾਈਜ਼ਾਂ ਲਾਈਆਂ ਤਿੰਨ ਐਕਸਰਸਾਈਜ਼ਾਂ ਲਾਉਣ ਤੋਂ ਬਾਅਦ ਆਪਾਂ ਕਾਰਡੀਓ ਕੀਤਾ ਤੇ ਕਾਰਡੀਓ ਕਰਨ ਤੋਂ ਬਾਅਦ ਹੁਣ ਮੈਂ ਦੇਖਦਾ ਕੁਛ ਵਧੀਆ ਖਾ ਪੀ ਲੈਂਦੇ ਪ੍ਰੋਟੀਨ ਹੈ ਨਾ ਉਹਦਾ ਦਿਲ ਨਹੀਂ ਕਰਦਾ ਪ੍ਰੋਟੀਨ ਵੀ ਹੈਗਾ ਪੀਣ ਨੂੰ ਪਰ ਗਰਮੀ ਕਰਕੇ ਨਾ ਉਹ ਦਿਲ ਨਹੀਂ ਕਰਦਾ ਕੁਛ ਖਾਣ ਪੀਣ ਨੂੰ ਸਵੇਰ ਦਾ ਮੈਂ ਮੇਰੇ ਹਿਸਾਬ ਨਾਲ 5 ਵਜੇ ਉੱਠੇ ਹਾਂ ਅਤੇ 5 ਵਜੇ ਉੱਠਣ ਤੋਂ ਬਾਅਦ 6:30 ਪੈਟੀ ਖਾਧੀ ਆ ਪੈਟੀ ਖਾਣ ਤੋਂ ਬਾਅਦ ਮੁੜ ਕੇ ਮੈਂ ਜਿਮ ਆ ਗਿਆ 8:30 9:45 ਹੋ ਗਏ ਆ ਮਤਲਬ ਕਿ 1 ਘੰਟਾ ਮਿਹਨਤ ਲਾਈ ਆ ਮਿਹਨਤ ਲਾਉਣ ਤੋਂ ਬਾਅਦ ਮੈਨੂੰ ਇਹ ਸੀ ਮੈਂ ਸਕਿੱਪ ਨਾ ਕਰਾਂ ਹਲਕੀ ਹਲਕੀ ਲੱਗ ਜਾਵੇ ਅਤੇ ਹੁਣ ਤੁਸੀਂ ਵੀ ਜਿਮ ਜੁੰਮ ਜ਼ਰੂਰ ਜਾਇਆ ਕਰੋ ਟਾਈਮ ਕੱਢ ਕੇ ਅਤੇ ਬਾਕੀ ਓਕੇ ਜੇ ਦੇਖਦੇ ਹੁਣ ਅੱਗੇ ਕੀ ਕਰਨਾ ਅੱਬਲ ਤਾਂ ਅੱਜ ਮੈਂ ਹੁਣ 6:30 ਸੋਜੂੰਗਾ 6:30 ਸੌਣ ਤੋਂ ਬਾਅਦ
ਸਵੇਰੇ ਤੜਕੇ ਉੱਠਾਂਗਾ ਅਤੇ ਵਲੋਗ ਦੁਬਾਰਾ ਸਟਾਰਟ ਕਰਾਂਗਾ, ਕਿਉਂਕਿ ਵਲੋਗ ਬਹੁਤ ਛੋਟਾ ਬਣਿਆ ਅਤੇ ਤਾਂ ਕਰਕੇ ਕੱਲ੍ਹ ਵਾਲਾ ਵਲੋਗ ਵਿੱਚ ਐਡ ਕਰੂੰਗਾ। ਹਾਂਜੀ, ਕੀ ਹਾਲ ਚਾਲ ਹੈ ਦੋਸਤੋ? ਕੀ ਹੋਇਆ ਵੀ? ਕੀ ਅੱਖਾਂ ਦੇ ਵਿੱਚ ਨੀਂਦ ਆ, ਅੱਖੀਆਂ 'ਚ ਨੀਂਦ, ਨੀਂਦ 'ਚ ਸੁਪਨਾ, ਸੁਪਨੇ 'ਚ ਵੱਸਦੀ ਤੂੰ, ਨੀ ਤੇਰਾ ਮੇਰਾ ਕਾਕੇ ਕੀ ਰਿਸ਼ਤਾ, ਨੀ ਤੇਰਾ ਮੇਰਾ ਕਾਕੇ ਕੀ ਰਿਸ਼ਤਾ, ਕੋਈ ਰਿਸ਼ਤਾ ਨਹੀਂ ਇਹ ਰਿਸ਼ਤਾ, ਕਿਆ ਕਹਿਲਾ ਤੂੰ, ਨਾਟਕ ਹੈ। ਓਵੇਂ ਮਿੱਤਰੋ, ਸਵੇਰੇ ਸਵੇਰੇ ਗੁਰੂ ਘਰ ਮੱਥਾ ਟੇਕ ਕੇ ਆਏ ਹਾਂ ਅਤੇ ਰੂਟੀਨ ਸਾਰੀ ਚੇਂਜ ਕਰ ਦਿੱਤੀ ਆ। ਅੱਜ ਆਪਾਂ ਉੱਠੇ ਹਾਂ 9:30 ਕੱਲ੍ਹ ਤੋਂ ਸ਼ੁਰੂ ਕਰਾਂਗੇ ਕਿ 6 ਉੱਠ ਜਾਈਏ, ਸ਼ੁਰੂ ਕਰਾਂਗੇ, ਸੋਚਾਂਗੇ, ਮਤਲਬ ਕਿ ਚਲੋ ਇਹ ਆ ਕਿ ਹਾਂ ਹੌਲੀ ਹੌਲੀ ਹੋਊਗਾ, ਜਿਹੜਾ ਆਪਣਾ ਦਿਮਾਗ ਹਿੱਲ ਗਏ ਨਾ। ਗਾਲਾਂ ਕੱਢਦਾ ਹੁਣ ਅੰਦਰ ਅੰਦਰ ਕਿ ਸਾਜ ਨੇ ਸਵੇਰੇ ਠਾਲ ਕਿਉਂ ਲਿਆ, ਹਾਏ ਹੋਏ, ਸਹੀ ਗੱਲ ਸੀਧਾ ਪਿਆ ਤੇਰੇ ਸੋਹਣਾ, ਕੀ ਕਹਿ ਰਿਹਾ, ਲੈਂਡਮੈਂਟ ਕਰਾਉਣ ਜਾਣੀ ਗੱਡੀ ਦੀ, ਹਾਂ ਜਾਲੀਆਂ ਵੀ ਲੈ ਜਾਣੀਆਂ, ਜਾਲੀਆਂ ਚ ਸੋ ਜਾਂਗੇ, ਸਵਾ ਦੀਏ, ਸਵਾ ਦਿੰਦੇ ਆ। ਲਓ ਵੀ ਮਿੱਤਰੋ, ਫਰੂਟ ਹੋ ਗਿਆ ਥੋੜ੍ਹਾ ਜਿਹਾ ਡਨ, ਫਰੂਟ ਦੇ ਵਿੱਚ ਆਪਾਂ ਬੱਬੂ ਕੋਸ਼ੇ, ਮਟਰ ਅਤੇ ਖੀਰੇ, ਉਸ ਮਤਲਬ ਕਿ ਉਹ ਸਬਜ਼ੀਆਂ ਆ ਅਤੇ ਪਰ ਹੁਣ ਜਾ ਕੇ ਕੱਟ ਕੇ ਖਾਂਦੇ ਹਾਂ। ਹਾਲੇ ਭਲਵਾਣਾ ਆ ਚੱਕ ਅਤੇ ਹੁਣ ਆਪਾਂ ਜਾ ਕੇ ਖਾਵਾਂਗੇ ਆਲੂ ਪੂਰੀਆਂ, ਸਵੇਰ ਦੀ ਸ਼ੁਰੂਆਤ ਕਰਾਂਗੇ ਆਲੂ ਪੂਰੀਆਂ ਤੋਂ, ਕਿਉਂ ਬੜੇ ਟਾਈਮ ਬਾਅਦ ਸਵੇਰੇ ਉੱਠੇ ਹਾਂ, ਕਿਉਂ ਵੀ ਕੀ ਆਲੂ ਪੂਰੀਆਂ ਤਾਂ ਬਣਦੀਆਂ ਨਾ, ਅਤੇ ਨਾਲ ਲੱਸੀ ਦੇ ਦੋ ਦੋ ਗਲਾਸ ਕਿ ਨਹੀਂ, ਨਮਕੀਨ ਲੱਸੀ ਦੇ ਦੋ ਦੋ ਗਲਾਸ ਨਾਲ ਹੋਏ ਹੋਏ, ਰੈਸਟ ਰੁਸਟ ਤੁਸੀਂ ਕਰਿਓ, ਆਪਾਂ ਤਾਂ ਹੁਣ ਕੰਮ ਹੀ ਕਰਨਾ, ਜੇ ਤੜਕੇ ਉੱਠ ਗਏ ਤਾਂ ਇਹਦਾ ਫਾਇਦਾ ਲਈਏ, ਕਿਉਂਕਿ ਤੜਕੇ ਉੱਠ ਨਹੀਂ ਹੁੰਦਾ, ਉੱਠਣਾ ਬਹੁਤ ਔਖਾ ਹੈ, ਅਤੇ ਜੇ ਉੱਠ ਗਏ ਹਾਂ ਹੁਣ ਆਪਾਂ ਗਾਣੇ ਦੀ ਪਲੈਨਿੰਗ ਕਰ ਹੀ ਲਈਏ। 25 ਨੂੰ ਕਹਿੰਦੇ ਗਾਣੇ ਦਾ ਸ਼ੂਟ ਕਰਨਾ ਆ, ਅਤੇ ਜੇ ਤੜਕੇ ਉੱਠਾਂਗੇ ਫੇਰ ਸ਼ੂਟ ਹੋਣੇ, ਨਹੀਂ ਤਾਂ ਸ਼ੂਟ ਨਹੀਂ ਹੋਣੇ ਗਾਣੇ ਵੀਰੇ, ਗਾਣੇ ਚੱਲਣੇ ਨਹੀਂ ਅਤੇ ਗੱਲ ਬਣਨੀ ਨਹੀਂ, ਚਲਾ ਦੀਏ ਚਲਾ ਦੀਏ, ਸਵੇਰ ਦਾ ਟਾਈਮ ਆ, ਬਾਬੇ ਨੇ ਚਲਾ ਦੇਣੇ ਗਾਣੇ। ਮੈਂ ਸੋਚਿਆ ਜਿੰਮ ਜਾ ਕੇ ਵੀ ਪੱਟ ਲਾਉਂਦੇ ਹੀ ਹਾਂ, ਇਹਤੋਂ ਚੰਗਾ ਆਪਾਂ ਜਿੰਮ ਵੀ ਜਾ ਕੇ ਪੱਟ ਵੀ ਲਾਇਆ ਕਰੀਏ ਅਤੇ ਲਿਫਟ ਥਾਣੀ ਜਾਣਾ ਬੰਦ ਕਰੀਏ, ਹੁਣ ਪੌੜੀਆਂ ਥਾਣੀ ਜਾਇਆ ਕਰੀਏ, ਕੁਛ ਨਾ ਕੁਛ ਤਾਂ ਬਣਾ ਗਈ। ਪੁਰਾਣੇ ਟਾਈਮਾਂ ਦੇ ਵਿੱਚ ਸਾਈਕਲ ਚਲਾ ਕੇ ਕਿੱਥੇ ਦੇ ਕਿੱਥੇ ਪਹੁੰਚ ਜਾਂਦੇ ਬਜ਼ੁਰਗ, ਅਤੇ ਪੱਟ ਵੀ ਮੂੰਹੋਂ ਬੋਲਦੇ ਸੀ ਕਿ ਹਾਂ ਅਸੀਂ ਪੱਟ ਹੈ ਜੀ, ਉਹ ਸਾਡੇ ਲਈ ਉੱਠਦੇ ਨਹੀਂ ਟਾਈਮ ਸਿਰ, ਸਵਾਹ ਮਿਹਨਤ ਲੱਗਣੀ ਆ। ਚਲੋ ਬਹੁਤ ਦੂਰ ਵਾਲੇ ਸਫ਼ਰ, ਤੁਰੀ ਜਾਣਾ ਆਪਾਂ ਇੱਦਾਂ ਹੀ। ਲਾਵੇ ਮਿੱਤਰੋ, ਕਹਿੰਦੇ ਗੁੱਡ ਮੋਰਨਿੰਗ ਦੀ ਸ਼ੁਰੂਆਤ ਹੋ ਚੱਲੀ ਆ, ਵੈਰੀ ਵੈਰੀ ਗੁੱਡ। ਅਤੇ ਤਨੂੰ ਜੀ, ਮੈਂ ਤੇਰੇ ਪਿੱਛੇ ਘਰ ਪਹਿਲੇ ਮੈਂ ਬਲੌਗ ਬਣਾਉਣਾ ਪਿਆ, ਨਲਾਇਕ ਜੀ ਨਾ ਹੋਵੇ ਤਾਂ, ਮੈਂ ਤਾਣਿਆਂ ਲਈ ਫਰੂਟ ਕੱਢ ਦਿੱਤਾ ਅਤੇ ਤਾਣਿਆਂ ਮੇਰੇ ਲਈ ਬ੍ਰੈਡ ਰੋਸਟ, ਭੁੱਖ ਲੱਗੀ ਆ। ਨਲਾਇਕ ਜੀ ਆਪ ਕਿਉਂ ਖਾਇਆ, ਆਪ ਕਿਉਂ ਖਾਇਆ, ਦੇਖੋ ਚੀਅਰਸ ਚੀਅਰਸ। ਸਵੇਰੇ ਸਵੇਰੇ ਫਰੂਟ ਖਾਣੇ ਬਹੁਤ ਵਧੀਆ ਸਿਹਤ ਲਈ। ਉਹ ਮੈਂ ਦੇਖ ਕੇ ਲਿਆਉਣਾ ਫਰੂਟ, ਸਹੀ ਗੱਲ ਆ ਬੱਬੂ, ਦੇਖੇ ਵੀ ਨਹੀਂ ਤੁਸੀਂ ਫਰੂਟ, ਬੱਬੂ ਉਹ ਵੀਰੇ ਨੂੰ ਕਹਿਤਾ, ਵੀਰੇ ਨੇ ਚੱਕੇ ਇਦਾਂ ਹੀ ਕਿਲੋ ਕਰਕੇ ਤੁਹਾਨੂੰ ਦੇਤੇ, ਆਪਣੀ ਇੱਕ ਵਾਰੀ ਵੀ ਚੱਕ ਕੇ ਦੇਖੇ ਫਰੂਟ, ਨਹੀਂ ਚੱਕੇ, ਝੂਠ ਬੋਲਦੇ।
ਬਲੌਗ ਬਲੌਗ ਹਾਂ ਹਾਂ ਸਾਰੇ ਨੇ ਚੱਕ ਕੇ ਸਾਰੇ ਤਾਂ ਇੰਨੇ ਵਧੀਆ ਵਧੀਆ ਫਰੂਟ ਲੈ ਕੇ ਆਉਂਦੇ ਸਾਰੇ ਦੇਖ ਕੇ ਫਰੂਟ ਅੱਜਕੱਲ ਰੋਮਾਂਟਿਕ ਗਾਣੇ ਸੁਣਦਾ ਅੱਜਕੱਲ ਮੁੰਡਾ ਅੱਜਕੱਲ ਰੋਮਾਂਟਿਕ ਗਾਣੇ ਸੁਣ ਰਿਹਾ ਮੁੰਡਾ ਇਹ ਕੁਛ ਨਹੀਂ ਹੋਰ ਵਿੱਕੀ ਨੂੰ ਹੋ ਗਿਆ ਕਾਕੇ ਨਾਲ ਪਿਆਰ ਹੁਣ ਵਿਆਹ ਕਦੋਂ ਫਿਰ ਸ਼ਰਮਾ ਗਿਆ ਓਏ ਗੱਲ ਤਾਂ ਸੁਣ ਸ਼ਰਮਾ ਗਿਆ ਵਿਚਾਰਾ ਕਿਆ ਬਾਤ ਕਿਆ ਬਾਤ ਸ਼ੀਰਾ ਵਿਆਹ ਤੋਂ ਬਾਅਦ ਤੈਨੂੰ ਵੀ ਚੇਤਾ ਆ ਗਿਆ ਕਿ ਐਲਬਮ ਬਣਵਾਉਣੀ ਆ ਵਿਆਹ ਹੋਏ ਨੂੰ 6-7 ਮਹੀਨੇ ਹੋ ਗਏ ਨਾ ਐਲਬਮ ਬਣੀ ਹਾਲੇ ਤੱਕ ਨਾ ਦੂਜੀਆਂ ਵੀਡੀਓਸ ਮਿਲੀ ਆ ਨਾ ਕੋਈ ਫੋਟੋਗ੍ਰਾਫ ਮਿਲੇ ਆ ਕਿਉਂਕਿ ਸਾਰੀ ਗਲਤੀ ਸਾਡੇ ਦੋਵਾਂ ਦੀ ਅਸੀਂ ਸਿਲੈਕਟ ਹੀ ਨਹੀਂ ਕੀਤੇ ਅੱਜ ਸਿਲੈਕਟ ਕਰਦੇ ਪਏ ਹਾਂ ਇਕੱਲੇ ਇਕੱਲੇ ਨੰਬਰ ਫੋਟੋਆਂ 'ਚ ਸਿਲੈਕਟ ਹੋਣਗੇ ਅਤੇ ਫਿਰ ਐਲਬਮ ਬਣੂਗੀ ਜਦ ਤੱਕ ਆਪਾਂ ਖਾਈਏ ਨਾਲ ਨਾਲ ਪੂੜੀਆਂ ਓਏ ਹੋਏ ਹੋਏ ਆਹ ਜਿਹੜਾ ਮੁੰਡਾ ਹੈ ਨਾ ਇਹ ਪਤਾ ਨਹੀਂ ਕਿੱਥੋਂ ਆ ਗਿਆ ਮੈਨੂੰ ਸਮਝ ਨਹੀਂ ਆਉਂਦੀ ਚਾਰ ਕਿੱਥੇ ਵੀਰੇ ਚਾਰ ਜਿਹੜਾ ਘਰੋਂ ਆਇਆ ਹੋਇਆ ਚਾਰ ਅੰਬ ਦਾ ਚਾਰ ਜਿਹੜਾ ਘਰੋਂ ਆਇਆ ਹੋਇਆ ਓਏ ਹੋਏ ਹੋਏ ਆਮ ਕਾ ਚਾਰ ਦੇਣਾ ਓਏ ਹੋਏ ਉੱਠ ਕਿੱਥੇ ਹੁੰਦਾ ਲੈ ਮੈਂ ਕਿਹਾ ਆਰਡਰ ਵਾਜਦੇ ਪੂਰੇ ਅੱਜ ਕੱਲ੍ਹ ਜ਼ਿੰਦਗੀ ਦੇ ਨਜ਼ਾਰੇ ਲੈ ਰਿਹਾ ਵਿੱਕੀ ਜ਼ਿੰਦਗੀ ਦੇ ਨਜ਼ਾਰੇ ਆ ਜਾਓ ਪਰੈਂਡਸ ਪੂੜੀਆਂ ਖਾ ਲਓ ਕਿਆ ਬਾਤ ਮੇਥੀ ਵਾਲੀਆਂ ਪੂੜੀਆਂ ਨਾਲ ਗੰਡੇ ਨਾਲ ਇਸ ਅੰਡੇ ਖਾਓ ਡੰਡੇ ਅੱਜ ਹੈ ਆ ਕਿਤੇ ਚੱਕੀ ਪੂਰੀ ਹੋਏ ਪੂਰੀ ਕਿਤੋਂ ਪੂਰੀ ਪੂਰੀ ਮੈਂ ਦੱਸ ਗੋਟਲੇ ਜਣੇ ਸਿਰੇ ਗੋਟਲੇ ਜਣੇ ਸਿਰੇ ਗੋਟਲੇ ਜਣੇ ਹੈਲੋ ਕਾਤੀ ਕਾਤ ਹੈ 2.5 ਕਿਲੋ ਕਾਤ ਹੈ ਇੱਕ ਪੜ ਗਿਆ ਨਾ ਆ 2.5 ਕਿਲੋ 2.5 ਕਿਲੋ ਤਾਂ ਮਮਾ ਤੂੰ ਨਹੀਂ ਪੂਰਾ ਹੈਗਾ ਤੇਰਾ 2.5 ਕਿਲੋ ਅਰਥ ਕਿੱਦਾਂ ਆਜੂਗਾ 2.5 ਕਿਲੋ ਤੂੰ ਨਹੀਂ ਪੂਰਾ ਹੈਗਾ ਕੌਣ ਤੂੰ 2.5 ਕਿਲੋ ਦਾ ਅਰਥ ਇੱਥੇ ਪੂਰਾ ਨਹੀਂ ਨਾ ਪੂਰਾ ਮਤਲਬ ਕਿ 2.5 ਕਿਲੋ ਦਾ ਪੂਰਾ ਨਹੀਂ ਹੈਗਾ ਤੂੰ 65 ਕਿਲੋ ਦਾ ਮੈਂ ਕਿੰਨੇ ਦਾ 65 ਤੱਪੜ ਮਾਰੂ 44 ਕਿਲੋ ਦਾ ਹੈ ਚੁੜਿਆ ਅੱਜ 44 ਕਿਲੋ ਦਾ ਮੈਂ ਕੌਣ ਕਹਿ ਰਿਹਾ ਤੈਨੂੰ ਪਤਾ ਸਾਡੇ ਪਿੰਡ ਦੇ ਜਵਾਕ ਹੈ ਨਾ ਜਿਹੜੇ ਕੌਣ ਕਹਿ ਰਿਹਾ 44 ਕਿਲੋ ਦਾ ਕੌਣ ਕਹਿ ਰਿਹਾ ਮੈਂ ਕਹਿ ਰਿਹਾ ਆਪਣੇ ਵੱਲੋਂ ਹੀ ਕਹੀ ਚੱਲ ਤੂੰ ਤੈਨੂੰ ਪਤਾ ਸਾਡੇ ਪਿੰਡ ਦੇ ਜਵਾਕ ਹੈ ਨਾ ਜਿਹੜੇ ਉਹ ਚਾਰ ਓਏ ਹੋਏ ਉੱਚਾ ਓਏ ਹੋਏ ਹੋਏ ਚਾਰ ਵੀ ਆ ਗਿਆ ਕਿਆ ਚਾਰ ਵੀ ਆ ਗਈ ਕਾਰ ਵੀ ਆ ਗਈ ਲੋ ਵੀ ਮਿੱਤਰੋ ਖਾਓ ਸਵੇਰੇ ਵੀ ਨਾਲ ਲੱਸੀ ਲੱਸੀ ਲੂੰਬ ਨਮਕ ਵਾਲੀ ਲੱਸੀ ਦੇ ਦਿਓ ਚਾਰ ਨਾਲ ਗੰਢੇ ਸਬਜ਼ੀ ਦੇ ਨਾਲ ਪੂਰੀਆਂ ਓਏ ਹੋਏ ਐਸ਼ਾ ਹੋ ਰਹੀਆਂ ਪੂਰੀਆਂ ਓਏ ਹੋਏ ਹੋਏ ਕਹਿੰਦਾ ਗੰਢੇ ਨਾਲ ਚਾਰ ਤੇ ਨਾਲ ਪੂਰੀਆਂ ਖਾਓ ਡੇਲੀ ਡੰਡੇ ਡੰਡੇ ਅੰਡੇ ਹੋ ਜਾ ਮੰਡੇ ਰੋਜ਼ ਖਾਓ ਸੰਡੇ ਲਓ ਵੇ ਮਿੱਤਰੋ ਕਹਿੰਦੇ ਠੰਡਾ ਠਾਰ ਲੱਸੀ ਵੀ ਆ ਗਈ ਹੈ ਅਤੇ ਇੱਧਰ ਤਾਣਿਆ ਕੌਰ ਜੀ ਨੇ ਬਿਗ ਬੋਸ ਲਾ ਲਿਆ ਇੱਧਰ ਪੂੜੀਆਂ ਚੱਲਣ ਡੀਆਂ ਪੂੜੀਆਂ ਹੋ ਗਈਆਂ ਇੱਧਰ ਖਤਮ ਅਤੇ ਵਿੱਕੀ ਨੂੰ ਪੈ ਗਈ ਟੈਨਸ਼ਨ ਪਰ ਨਹੀਂ ਵਿੱਕੀ ਇੱਦਾਂ ਨਹੀਂ ਹੋ ਰਿਹਾ ਗਰਮ ਗਰਮ ਬਣਦੇ ਪਏ ਗਰਮ ਗਰਮ ਖਾਂਦੇ ਜ਼ਿੰਦਗੀ ਦੇ ਨਜ਼ਾਰੇ ਲੂਣ ਜ਼ਿਆਦਾ ਪੈ ਗਿਆ ਥੋੜ੍ਹਾ ਪਾਣੀ ਪਾ ਲਓ ਵੀ ਮਿੱਤਰੋ ਗੱਲ ਹੈਗੀ ਏਦਾਂ ਕਿ ਮੈਂ ਪੀ ਲਈ ਲੱਸੀ ਦੇ ਨਾਲ ਖਾ ਰਹੀਆਂ ਪੂੜੀਆਂ ਜ਼ਿਆਦਾ ਤੇ ਕੰਮ ਹੋ ਗਿਆ ਟੈਟ ਕੰਮ ਹੁਣ ਉਹਦੀ ਵੀ ਨੀਂਦ ਕੁੱਕੀ ਚੜ ਗਈ ਵੀ ਕੀ ਹੋਇਆ ਓਏ ਓਕੇ ਬਾਈ ਓਕੇ ਬਾਈ ਗੁੱਡ ਨਾਈਟ ਕਹਿੰਦਾ ਗੁੱਡ ਨਾਈਟ ਬਾਈ ਬਾਈ ਸੌਂ ਲਗਾ ਯੈਸ
ਉਹ ਵੀ ਆ ਉੱਠ ਜਾਓ ਸਵੇਰੇ ਸਵੇਰੇ, ਮੈਂ ਤਾਂ ਆਪ ਲੱਗਾ ਸੌਣ। ਗੁੱਡ ਨਾਈਟ ਹੈ ਜੀ ਸਾਰਿਆਂ ਨੂੰ, ਜਦੋਂ ਉੱਠਾਂਗੇ ਬਲੌਗ ਸ਼ੁਰੂ ਕਰ ਲਵਾਂਗੇ, ਪਰ ਹਾਲ ਤੱਕ ਔਖਾ ਆ, ਸੋ ਜੁੜੇ ਰਹੋ ਬਲੌਗ ਦੇ ਨਾਲ। ਬਾਬਾ ਜੀ ਟਾਟਾ, ਸੀ ਯੂ। ਪੂਰੀਆਂ ਖਾ ਕੇ ਚੜ ਗਈ ਸੀ ਕੁੱਕੀ, ਕੁੱਕੀ ਚੜਿਆ ਨੀ ਹੁੰਦੀ ਆ, ਹੋਣੇ ਉੱਠੀ ਸੁੱਤੀ ਸਾਜਨ, ਸੁੱਤੀ ਉੱਠੀ ਹੈ, ਵਾਲ ਖਿਲਰੇ ਨੇ ਬੜਾ ਮੇਰੇ ਬੱਬੂ ਵੱਡੇ ਵਾਲ ਕਹਿਣ। ਤੂੰ ਹੋਰ ਕੁਛ ਲੱਗਾ ਸੀ, ਪਰ ਕਹਿੰਦਾ ਰੋਕ ਗਿਆ ਤੂੰ, ਤੈਨੂੰ ਪਤਾ ਚਪੇੜਾ ਵੀ ਪੈਸਾ ਆਏ ਜਾਂ ਬੋਲਦੇ। ਚੱਲ ਝੋਟਿਆ ਤੇਰੀ ਲੈਣ ਮਟ ਕਰਾਈਏ, ਮਾਤਰ ਮਾਰਤਾ ਵਾ ਭੈਣੇ, ਕਰਾ ਦਈਏ ਸਕੂਟਰੀ ਸਟਾਰਟ, ਲੈਣ ਮਟ ਕਰਾਈਏ ਗੱਡੀ ਦੀ। ਹੁਣ ਬਾਬਾ ਕੀ ਕਰੀਏ ਮੈਨੂੰ ਦੱਸ, ਕੀ ਕਰੀਏ? ਦੋ ਦਿਨ ਹੋ ਗਏ ਲੈਣ ਮਿਟ ਕਰਾਉਂਦੇ ਨੂੰ, ਵਾਲ ਨੀ, ਲਾਈਟ ਸਹੀ ਆਉਂਦੀ ਪਈ ਉਧਰੋਂ, ਸੂਰਜ ਉਧਰ ਤਾਂ ਕਰਕੇ ਆਪਾਂ ਅੱਜ ਸੋਹਣੇ ਲੱਗਦੇ ਪਏ ਆ, ਸੋਹਣੇ ਹੈ ਨੀ ਪੌੜੀਆਂ ਗਾ ਕੇ ਆਏ ਤਾਂ ਸੋਹਣੇ ਲੱਗ ਰਹੇ। ਬਾਬਾ ਲੈਣ ਮਿਟ ਕਹਿੰਦੀ ਬੰਦ ਹੋਈ ਮੁੰਡਿਆ, ਤੇ ਦੁਕਾਨ ਕਹਿੰਦੀ ਦੋ ਕਿਨਵੇ ਦੋ ਸੋਮਵਾਰ ਨੂੰ ਖੁੱਲਣੀ ਹੈ, ਤੇ ਹੁਣ ਕੋਈ ਲਾਗੇ ਤਾਗੇ ਹੈਗਾ ਲੈਣ ਮਿੰਟ ਵਾਲਾ ਸਾਨੂੰ ਜਲਦੀ ਜਲਦੀ ਮੈਸੇਜ ਕਰੇ, ਤੇ ਮਾਂ ਵਲੌਗ ਹੀ ਆਪਾਂ ਸ਼ਾਮ ਨੂੰ ਅਪਲੋਡ ਕਰਨਾ ਆ। ਬੰਦ ਹੋਏ ਪਏ ਯਾਰ, ਜ਼ਿੰਦਗੀ ਪਤਾ ਨੀ ਕੀ ਹੋਈ, ਜਾਂਡਵਾ ਹੋਈ ਪਈ ਆ, ਕੀ ਕਰੇਗਾ ਗਵਾਂਡਵਾ ਗਵਾਂਡਵਾ ਕੀ ਕਹਿ ਰਹੇ ਅੱਖਾਂ। ਓ ਯਾਰ ਕੌਣ ਤੇਰੀ ਤੇਰੀ ਗਾਲ ਗਾਲ ਕੱਢੀ ਦੇ, ਮੈਂ ਕਹਿੰਦਾ ਕਾਣੂ ਕਾਣੂ ਹੈਲੋ ਭਾਜੀ, ਮੈਂ ਕਹਿੰਦਾ ਲੜਾਈ ਹੋ ਜਾਣੀ ਹੈ, ਸਿੱਧੂ ਮੂਸੇ ਵਾਲਾ ਸਾਹਮਣੇ ਦੇਖ ਰਿਹਾ ਤੁਹਾਨੂੰ, ਫੋਨ ਆ ਗਿਆ ਫੋਨ ਆ ਗਿਆ ਫੋਨ ਆ ਗਿਆ, ਇੱਕ ਮਿੰਟ ਮੇਰੇ ਕੜਾ ਵੱਜਿਆ, ਕੋਈ ਬਾਲਾ ਯਾਰ ਵੱਜਣੀ ਹੈ, ਕੋਈ ਉਹ ਪੂੜੀ ਬਾਹਰ ਆ ਗਈ, ਗਲਾ ਘੋਟੀ ਚੜਦੇ ਭਾਜੀ ਗਲਾ ਘੁੱਟ ਲਿਆ, ਓਏ ਤੇਰੀ ਓਏ ਸੋਜਣਾ ਕੱਢਦਾ ਫਿਰ, ਮੈਂ ਕਿਹੜਾ ਕਾਣੂ 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 ਮੈਂ ਚਲੋ ਫਿਰ। ਹਾਂਜੀ ਆਹੋ ਹਾਂਜੀ ਫੋਨ ਆ ਗਿਆ, ਭਾਬੀ ਸਮਝਾ ਲੋ ਭਾਈ ਨੂੰ ਮਾਰਦਾ ਪਿਆ ਮੇਰੇ, ਚੱਲ ਚੰਗਾ ਮੇਰੇ ਮਾਰਦਾ ਪਿਆ ਭਾਜੀ, ਬਲੌਗ ਬਣਦਾ ਪਿਆ ਸਾਹਮਣੇ ਬੋਲਣੀ ਹੈ, ਡਰਾ ਕੇ ਰੱਖਣਾ, ਇੱਧਰ ਦੇਖ ਲੋ ਵੱਡਾ ਤੋਤਾ ਬਣਿਆ ਹੋਇਆ, ਪੀਲੀ ਜੀ ਪਾ ਕੇ ਖੱਟੀ, ਕਿਹੜਾ ਰੰਗ ਹੈ ਪਤਾ ਵੀ ਲੱਗੇ, ਤੇ ਤੂੰ ਕੀ ਪਾਇਆ ਹੋਇਆ ਕਲੂਆ, ਕਾਲੇ ਹੈ ਤੋ ਕਿਆ ਹੁਆ ਦਿਲ ਵਾਲੇ ਹੈ, ਪਤਾ ਇਹ ਕੀ ਆਈਆਂ ਆਈਆਂ, ਏਦਾਂ ਹੀ ਬਲੌਗ ਚੱਲ ਦੇਣਾ ਅੱਜ, ਦੇਖਦੇ ਆਪਾਂ ਕਿੰਨਾ ਕੁ ਭੋਲ ਸਕਦੇ ਆ, ਭੋਰ ਨੀ ਭੋਰਤੀ, ਹੁਣ ਆਪਾਂ ਖਾਵੇ ਪੈਟੀ ਆਲੂ ਪੈਟੀ, ਤੇ ਵੀਨੇ ਨੂੰ ਭੇਜਾਂਗੇ ਸਟ੍ਰੀਕ, ਓਏ ਹੋਏ ਹੋਏ, ਨਹੀਂ ਖਾਣੀ ਨਹੀਂ ਖਾਣੀ, ਖਾ ਲਾਂਗੇ ਜੇ ਨਹੀਂ ਖਾਣੀ ਤਾਂ ਮੈਨੂੰ ਦੱਸ ਦੇ, ਸਾਹਮਣੇ ਕੋਈ ਹੋਵੇ ਖਾਵਾਂਗੇ, ਸਾਹਮਣੇ ਨਹੀਂ ਮੈਂ ਕੇ ਪੈਟੀ ਲੈ ਕੇ ਆਉਂਗਾ ਅੰਦਰ ਜਾ ਗਰਮ ਕਰਨਾ, ਫਿਰ ਹਾਂ ਮੈਂ ਤੈਨੂੰ ਪਹਿਲਾਂ ਦੱਸ ਦਿੰਦਾ, ਤੈਨੂੰ ਪਤਾ ਹੀ ਆ ਮੈਂ ਬਹੁਤ ਨਰਦਾਈ ਆ, ਬੈਠੀ ਆ ਖਾਵਾਂਗੇ, ਬਾਬਾ ਦਿਲ ਏਦਾਂ ਚੀਜ਼ਾਂ ਖਾ ਖੂ ਕੇ ਜਿੰਮ ਜਾਈ ਜਾਂਦੇ ਪਏ, ਤੇ ਜਿੰਮ ਲੱਗੀ ਵੀ ਜਾਂਦਾ ਪਿਆ ਦਿਲ ਠੂ, ਬਸ ਬਸ ਉਤਾਰੀਆਂ ਦੀ ਲੋ ਤੇ ਮੇਰੇ ਨਾਲ ਹੀ ਓ, ਮੈਂ ਗੱਲਾਂ ਕਰੀ ਜਾਵਾਂ ਤੇ ਸੁਣੀ ਜਾਵੇ ਓ, ਉਤਾਰੀਆਂ ਦੀ ਲੋ।
ਬਸ ਰਹਿਣ ਦੇ ਨਾਲ ਤੂੰ ਆਪਾਂ ਉਹ ਗਾਣਾ ਗਾਉਂਦੇ ਮੈਂ ਵੀ ਗਾਉਣਾ ਤੂੰ ਵੀ ਗਾ ਸਈਆਂ ਅਰੇ ਸਈਆਂ ਇਦਾਂ ਦੇ ਸੁਣ ਲਾਉਣੇ ਆ ਪਰ ਹੱਸਣਾ ਨੀ ਜੇ ਹੱਸ ਗਏ ਆਪਾਂ ਹਾਰ ਗਏ ਠੀਕ ਹੈ ਦੱਸ ਸੁਣੇ ਮੈਂ ਤਾਰੇ ਗਿਣਦਾ ਅੱਧੀ ਰਾਤ ਨੂੰ ਤਾਰੇ ਤਾਰਿਆਂ ਦਾ ਟਾਈਮ ਸਹੀ ਲੱਗ ਗਿਆ ਸਾਰੇ ਨਾ ਸਹੀ ਲੱਗ ਗਿਆ ਸੁਰ ਡੋਲਰ ਗਾ ਰਿਹਾ ਸੁਰ ਰਿਹਾ ਕੋਈ ਸੁਰ ਕਿਤੇ ਹੁੰਦਾ ਦੱਸ ਮੈਨੂੰ ਹੱਸ ਪਿਆ ਤੂੰ ਫਿਰ ਗਲੀ ਵਿਚ ਘੇਰ ਲਿਆ ਨੀ ਸਪੈਂਡਰ ਯਾਰਾਂ ਦਾ ਪੁੱਠਾ ਪੰਗਾ ਪੈ ਗਿਆ ਨੀ ਆਪਣੇ ਪਿਆਰਾਂ ਦਾ ਜਲਦੀ ਬੰਦੇ ਬੁਲਾ 20 ਵਜੇ ਅੱਗੇ ਲਓ ਵੀ ਮਿੱਤਰੋ ਗੱਲ ਹੈਗੀ ਏਦਾਂ ਕਿ ਗੱਲ ਹੈਗੀ ਕੁਛ ਵੀ ਨੀ ਫੇਰ ਉਹ ਏਦਾਂ ਮੈਨੂੰ ਵੀ ਦੱਸ ਟਿਪ ਟਿਪ ਬਰਸਾ ਪਾਣੀ ਪਾਣੀ ਮੈਂ ਆਗ ਲਗਾਈ ਆਗ ਲਗੀ ਜੋ ਦਿਲ ਮੇਂ ਮਹਿਲ ਪੀਣੇ ਲਗਿਆ ਬਾਗ ਬੁਝ ਗਈ ਪੈਟੀ ਆ ਗਿਆ ਬੰਸਲ ਬੇਕਰੀ ਵਾਲਾ ਪਹਿਲਾਂ ਹੀ ਖੜਾ ਸਾਹਮਣੇ ਕਿ ਹਾਂ ਬਸ ਪੈਟੀਆਂ ਇਹਨਾਂ ਨੂੰ ਬੈਕਰ ਤੇ ਕਿਵੇਂ ਦੋਰਿਆ ਪੈਟੀ ਮਾਰੂਗਾ ਆਪਾਂ ਪੈਟੀਆਂ ਦਿਖਾ ਰਹੇ ਇਕੱਲੀਆਂ ਪੈਟੀਆਂ ਓਏ ਹੋਏ ਹੋਏ ਆਲੂ ਪੈਟੀ ਕਿਹੜੀ ਨਾ ਬਾਬਾ 1 2 3 4 5 6 ਡੰਗਰ ਆ ਇੰਨੇ ਖਾਏਗਾ ਨਹੀਂ ਦੋ ਲੈ ਆਈ ਬਸ ਟਿਕਾ ਹੁੰਦੇ ਦੋ ਕਿਆ ਬਾਤ ਆਲੂ ਵਾਲੇ ਪੇਟੀਆਂ ਖਾਣੇ ਜੀ ਸ਼ਾਦੀ ਹੁਣ ਇਹ ਮੈਨੂੰ ਲੱਗਦਾ ਕੁਛ ਕਰੂਗਾ ਹਰਕਤ ਕਰੂਗਾ ਬਈ ਜਾਂ ਪੈਟੀਆਂ ਜ਼ਿਆਦਾ ਲੈ ਕੇ ਆਊਗਾ ਕੁਛ ਨਾ ਕੁਛ ਕਰੂਗਾ ਇਹਦਾ ਮੈਨੂੰ ਲੱਗਦਾ ਪੈਸਾ ਹਿਸਾਬ ਜਿਹਾ ਕੁੜੀ ਆ ਗਈ ਆ ਸੋ ਆਪਾਂ ਵਲੌਗ ਨੂੰ ਥੱਲੇ ਕਰਾਂਗੇ ਅਤੇ ਹੁਣ ਦੁਬਾਰਾ ਸ਼ੁਰੂ ਕਰਾਂਗੇ ਰਿਚ ਕਿਡਸ ਇਹ ਸਮਾਈਲ ਹੀ ਸਮਾਈਲ ਗਰਮ ਗਰਮ ਲਾਦੀ ਪੈਟੀ ਓਏ ਹੋਏ ਹੋਏ ਹੋਏ
ਸਾਡਾ ਡਰਾਮੇ ਬਾਜੀ ਆ ਪੂਰਾ। ਲਓ ਭਾਜੀ, ਥੈਂਕ ਯੂ ਬੋਸ, ਥੈਂਕ ਯੂ ਸੋ ਮਚ। ਮੈਂ ਕਿਹਾ ਆਲੂ ਵਾਲੇ ਕੈਸੇ ਬਣਤੀ ਹੈ, ਮੈਂ ਕਿਹਾ ਆਲੂ ਛਿਲ ਕੇ ਖਾਤੇ ਹੋ ਕੈਸੇ ਪਾਰਤੇ ਹੋ ਸਾਹਿਬ, ਕੀ ਕਹਿੰਦਾ ਫਿਰ? ਕਹਿੰਦਾ ਨਹੀਂ ਸਾਹਿਬ ਕੇ ਵੋ ਸਾਗ ਕਾ ਉਸਕੋ ਉਬਾਲ ਕੇ ਬਣਾਤੇ ਹਮ। ਮੈਂ ਕਿਹਾ ਫਿਰ ਤੋਂ ਉਬਾਲ ਕੇ ਸਬਜ਼ੀ ਬਣ ਜਾਂਦੀ ਹੈ। ਕਹਿੰਦਾ ਭਈ ਹਮਾਰੇ ਕਾ ਦਿਮਾਗ ਨਾ ਖਰਾਬ ਕਰ ਦੇ। ਕਹਿੰਦਾ ਹਮਾਰੇ ਕਾ ਦਿਮਾਗ ਨਾ ਖਰਾਬ ਕਰ। ਕਹਿੰਦਾ ਮੇਰੇ ਕੋ ਨਹੀਂ ਪਤਾ, ਮੈਂ ਤਾਂ ਸ਼ੋਪ ਮੈਂ ਤੂੰ ਦੂਸਰੇ ਬਣਾਤੇ ਲੜਕੇ ਕੈਸੇ ਦੇਖ ਰਿਹਾ ਮੇਰੇ ਕੋ। ਕਹਿੰਦਾ ਮੇਰੀ ਫੋਟੋ ਖਿੱਚ ਲੈ ਚੈੱਕ ਕਰ। ਚੁੱਪ ਹੋ ਜਾਣੀ ਨਾ ਹੁਣ, ਮੈਂ ਪੈਟੀ ਚੱਕਣ ਲੱਗ ਗਿਆ, ਉਹ ਦੇਖਣ ਲੱਗ ਗਿਆ ਵੀਰੇ ਦਾ ਫੋਨ ਆ ਗਿਆ ਵੀਰੇ ਦਾ। ਲੈਣ ਮੇਰਾ ਦੁਕਾਨ ਬੰਦ ਆ ਹੁਣ, ਮੈਂ ਬੰਸਲ ਬੇਕਰੀ ਤੋਂ ਕਰਾ ਲਵਾਂ ਲੈਣ ਮੇਟ। ਬੰਸ ਪੈਟੀਆਂ ਨਾਲ ਥੋੜੀ ਕਰੂਗਾ ਉਹ, ਕਿੱਥੇ ਕੱਲੇ ਕੱਲੇ ਉਹ ਆਪਾਂ ਵੀ ਕੀ ਕਟਿੰਗ ਕਰਾਈ ਓਏ, ਕੱਲੇ ਕੱਲੇ ਕਟਿੰਗ ਕਰਾਉਣ ਚੱਲੀਏ ਚੱਲੀਏ ਚੱਲ ਠੀਕ ਹੈ ਤੁਸੀਂ ਕਰਾਓ ਅਸੀਂ ਵੀ ਕਰਾ ਲਈਏ। ਨਹੀਂ ਨਹੀਂ ਇਹਨੇ ਹੋਰ ਕਿਤੋਂ ਕਰਾਊਗਾ, ਆਪਾਂ ਹੋਰ ਕਿਤੋਂ, ਫਿਰ ਟਾਈਮ ਘੱਟ ਲੱਗੂਗਾ। ਚਲੋ ਕਰਾਓ ਭਾਜੀ, ਮੈਂ ਸ਼ਾਮ ਨੂੰ ਬਹਿਨੇ ਆਪਾਂ, ਠੀਕ ਹੈ ਸ਼ਾਮ ਨੂੰ ਬਹਿਨੇ ਠੀਕ ਆ, ਕਰਨੀ ਹੈ ਮੀਟਿੰਗ ਕੱਲ ਲੰਗੂ ਕੱਲ ਲੰਗੂ, ਗਾਣੇ ਗੁਣੇ ਕਰਨੇ ਆ ਬੱਚੇ ਨੂੰ ਸ਼ੂਟ ਹਨਾ। ਲਓ ਵੇ ਮਿੱਤਰੋ, ਜਿਹਨੇ ਜਿਹਨੇ ਸਕੂਲ ਟਾਈਮ ਪੈਟੀ ਖਾਧੀ ਨਾ ਆਲੂ ਪੈਟੀ, ਤੇ ਜਲਦੀ ਜਲਦੀ ਸਾਨੂੰ ਕਮੈਂਟ ਕਰੋ, ਕਮੈਂਟ ਕਰਕੇ ਦੱਸੋ ਕਿਹਨੇ ਕਿਹਨੇ ਸਕੂਲ ਟਾਈਮ ਪੈਟੀ ਖਾਧੀ ਆਲੂ ਵਾਲੀ, ਤੇ ਨਾਲੇ ਕਲਾਸ ਚ ਬਹਿ ਕੇ ਖਾਧੀ ਹੈ ਜਿਵੇਂ ਬੈਗ ਚ ਕੱਢ ਦੇਣਾ ਸਾਰਾ ਪਾਪੜ ਜਿਹਾ ਰਹਿ ਜਾ ਬਾਅਦ ਚ ਆਲੂ ਆ ਯਾਰ, ਕੋਈ ਗੱਲ ਨਹੀਂ। ਸਹੀ ਗੱਲ ਆ, ਬੜੀ ਵਾਰੀ ਹੋਈ ਆ, ਬਹੁਤ ਵਾਰੀ ਹੋਈ ਆ ਪਲੈਨਿੰਗ ਹੋ ਗਈ ਆ ਚੇਂਜ, ਤੇ ਚੇਂਜ ਹੋ ਗਈ ਆ ਕਿੱਦਾਂ, ਵਿਨੇ ਭਾਈ ਦਾ ਆਇਆ ਫੋਨ ਕਿ ਅਸੀਂ ਚੱਲੇ ਆ ਵਾਲ ਕਟਾਉਣ, ਤੇ ਸਾਨੂੰ ਵੀ ਚੇਤਾ ਆਇਆ ਕਿ ਸਾਡੇ ਵੀ ਵਾਲ ਅੱਗੇ ਨਾਲੋਂ ਵਧੇ ਹੋਏ ਆ, ਦਾੜੀਆਂ ਦੁੜੀਆਂ ਕਟਾਉਣ ਕਟੂਣ ਵਾਲੀਆਂ ਹੋਈਆਂ ਆ, ਇਹ ਚੀਜ਼ਾਂ ਚੇਤਾ ਭੁੱਲ ਜਾਂਦੀਆਂ, ਪਤਾ ਨੀ ਕਿਉਂ ਭੁੱਲ ਜਾਂਦੀਆਂ, ਇਹ ਚੀਜ਼ ਯਾਦ ਰੱਖਣੀ ਚਾਹੀਦੀ ਆ। ਹੋਏ ਹੋਏ ਹੋਏ, ਤੇਰਾ ਭੁਲਾ ਹੋ ਜੇ ਡਟਿਆ ਪਿਆ ਡਟਿਆ ਪਿਆ, ਹੈ ਕੋਈ ਉਹਨੂੰ ਟੈਨਸ਼ਨ, ਹੈ ਕੋਈ ਜ਼ਿੰਦਗੀ ਦੀ ਟੈਨਸ਼ਨ, ਬਣਨਾ ਕੁਛ ਨਹੀਂ ਬਣਨਾ, ਬ੍ਰੈਡ ਬਣਿਆ ਪਿਆ ਸਲਾ ਪੇਟੀਆਂ ਖਾ ਖਾ ਕੇ, ਬੇਸਣ ਜਾਣਾ ਹੋਵੇ ਤਾਂ ਮੈਨੂੰ ਉਠਾਲੀ ਫਿਰ ਟਾਈਮ ਸਿਰ ਉਠਾਲੀ, ਠੀਕ ਹੈ ਕੱਲ ਵੀ ਗੱਡੀ ਵਾਲੇ ਨੇ ਹੁਣੀ ਅੱਗੇ 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 ਬਿਲਕੁਲ ਅੱਗੇ, ਮਤਲਬ ਕਿ ਨਾ ਉਹਨੇ ਇੰਡੀਕੇਟਰ ਦਿੱਤਾ ਨਾ ਬੱਸ ਦਿੱਤਾ, ਸਿੱਧੀ ਬ੍ਰੇਕ ਮਾਰ ਦਿੱਤੀ, ਤੇ ਹਨਾ ਮੈਂ ਉਹਨੂੰ ਕਿਹਾ, ਮੈਂ ਕਿਹਾ ਆਹ ਗਲਤ ਗੱਲ ਆ ਕਿ ਏਦਾਂ ਬ੍ਰੇਕ ਨੀ ਮਾਰਨੀ ਚਾਹੀਦੀ, ਉਹ ਕਹਿੰਦਾ ਭਾਜੀ ਮੇਰੀ ਗਲਤੀ ਨੀ, ਉਹ ਬੰਦਾ ਅੱਗੇ ਲੱਗਾ ਹੋਇਆ ਸੀਗਾ ਉਹਦੇ ਕਰਕੇ ਮੈਨੂੰ ਬ੍ਰੇਕ ਮਾਰਨੀ ਪੈ ਗਈ। ਵਿੱਕੀ ਕਹਿੰਦਾ ਹਾਂ ਬਾਈ ਉਹਦੀ ਗਲਤੀ ਨਹੀਂ, ਮੈਂ ਗਲਤੀ ਉਹਦੀ ਆ। ਵਿੱਕੀ ਕਹਿੰਦਾ ਕਿੱਦਾਂ, ਮੈਂ ਕਿਹਾ ਕਿਸੇ ਪਿੱਛੇ ਕਦੇ ਨਾ ਲੱਗੋ,
ਜਦੋਂ ਆਪਾਂ ਕਿਸੇ ਪਿੱਛੇ ਲੱਗਦੇ ਨਾ ਫਿਰ ਆਪਣੇ ਘਰ ਤਬਾਹ ਹੁੰਦੇ ਆ। ਸੋ ਇਹ ਵੀ ਇੱਕ ਖੜੇ ਖੜੇ ਉਦਾਹਰਨ ਬਣੀ ਤੇ ਬਹੁਤ ਵਧੀਆ ਬਣੀ, ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰ ਦਈਏ ਕਿਉਂ ਵੀ ਕੀ ਗੱਲ ਸਹੀ ਕਹਿਤੀ ਕਿ ਨਹੀਂ ਬਿਲਕੁਲ ਲੱਗਦੇ ਮੈਨੂੰ, ਜਦੋਂ ਆਪਾਂ ਕਿਸੇ ਪਿੱਛੇ ਲੱਗਦੇ ਆਪਣਾ ਨੁਕਸਾਨ ਹੁੰਦਾ ਕਿ ਨਹੀਂ ਹੁੰਦਾ, ਆਪਾਂ ਕਿਸੇ ਦੇ ਪਿੱਛੇ ਲੱਗ ਜਾਂਦੇ ਹਾਂ ਕਿ ਹਾਂ ਉਹ ਇੱਦਾਂ ਕਹਿ ਰਹੇ ਉਹ ਇੱਦਾਂ ਕਹਿ ਰਹੇ, ਹਾਂ ਫਿਰ ਉਹੀ ਤਾਂ ਗੱਲ ਆ, ਕਿਸੇ ਪਿੱਛੇ ਕਦੇ ਨਾ ਲੱਗੋ, ਕਿਸੇ ਪਿੱਛੇ ਲੱਗ ਕੇ ਆਪਣੇ ਨੁਕਸਾਨ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਚਾਲ ਜੀ? ਵਧੀਆ, ਤੁਸੀਂ ਦੱਸੋ ਜੀ? ਐਨ ਵਧੀਆ, ਘਰ ਪਰਿਵਾਰ ਮਾਮਾ? ਨਹੀਂ ਨਹੀਂ ਕੁੱਟਣਾ ਹੀ ਆ ਇੱਥੇ, ਦੇਖੀ ਇੱਥੇ ਹੈਡ ਮਸਾਜ ਕਰਾਉਣੀ, ਦੇਖੀ ਆ, ਦੇਖੀ ਚੱਲ ਹੁਣ ਜਿੰਨੀਆਂ ਸਿਰ ਤੇ ਟੈਨਸ਼ਨ ਆ ਜਿੰਨੇ ਭਾਰ ਆ ਸਾਰੇ ਉੱਤਰ ਆ, ਦੇਖੀ ਜਾ ਕਿੱਧਰ ਇੱਥੇ ਬੈਠ ਜੀ, ਤੁਸੀਂ ਇੱਧਰ ਆ ਜਾਓ। ਓਏ ਬਾਬਾ ਕਿੰਨੀ ਝੰਡੀ ਆ ਤੇਰੀ, ਉਸਮਾਨ ਭਾਈ ਚੇ ਉਧਰ ਕਰ ਲੈਣਾ ਸਮਾਨ, ਕਿਹੜਾ ਸਮਾਨ? ਸਮਾਨ ਨਹੀਂ ਭਰਾਵੋ, ਸਮਾਨ ਕਹਿੰਦਾ, ਸਮਾਨ ਕਿਹੜਾ ਕਹਿੰਦਾ, ਸਮਾਨ ਉਧਰ ਕਰ ਲਈ। ਚਲੋ ਜੀ ਹੁਣ ਆਪਾਂ ਕਰਾਵਾਂਗੇ ਥੋੜੀ ਜਿਹੀ ਹੈਡ ਮਸਾਜ ਤੇ ਉਸ ਤੋਂ ਬਾਅਦ ਫਿਰ ਆਪਾਂ ਵਾਲ ਕਟਾਵਾਂਗੇ, ਜਦ ਤੱਕ ਵਿੱਕੀ ਦੇ ਵਾਲ ਕੱਟ ਹੁੰਦੇ ਫਿਰ ਉਸ ਤੋਂ ਬਾਅਦ ਵਿੱਕੀ ਹੈਡ ਮਸਾਜ ਕਰਾਊਗਾ। ਟੀਮ ਵਰਕ ਸਿਰ ਦੀ ਮਸਾਜ ਕਰਾਉਣ ਨਾਲ ਇੱਕ ਗੱਲ ਤਾਂ ਵਿੱਕੀ ਹੈਗੀ ਆ, ਬੰਦਾ ਰਿਲੈਕਸ ਹੋ ਜਾਂਦਾ ਨਾ। ਤੂੰ ਕਰਾਉਣੀ ਆ? ਨਾਲ ਵਿੱਕੀ ਨਾਲ ਨਾਲ ਗਰਮ ਗਰਮ ਚਾਹ ਪੀ ਲਿਆ ਬਾਬਾ। ਹਵੇਲੀ ਚ ਲੈ ਕੇ ਜਾਣੇ ਪੈਣੇ ਆ, ਰਸਾ ਟੁੱਟ ਜਾਣਾ, ਰਸਾ ਟੁੱਟ ਜਾਣਾ, ਪਾਣੀ ਪੈਣੀ ਇਹ ਤਾਂ ਸਿੱਧੇ ਹੀ ਹੋਵੇ ਆ। ਧੋਣ ਵੱਢ ਹੋਣੀ ਹੈ ਨਾ ਧੋਣ ਵੱਢ ਤਾਂ ਵੀ ਹੈ।
ਉਹ ਕਿਤੇ ਬਾਹਰ ਸ਼ੁਰੂ ਕਰਾਈ ਹੋਈ ਸਰਦੀ ਹੋਈ ਵਧੀਆ ਟੈਨਸ਼ਨ ਆ ਬੱਲੇ ਦਾ ਮਾਂ ਕੋਲ ਸੈਕਿੰਡ ਟਾਈਮ ਕਰਨ ਲੱਗੇ ਹੋਏ ਨਾ ਪਰ ਅੱਜ ਮਾਸ਼ ਮਾਸ਼ਾ ਮੂਸ਼ਾ ਕਦੀ ਕਰਾਈਆਂ ਨੀ ਨਾ ਫੇਸ਼ੀਅਲ ਵੀ ਤੈਨੂੰ ਪਤਾ ਘੱਟੇ ਹੀ ਕਰਾਈ ਹੋਏ ਸਾਬਣ ਹੀ ਜਾਂਦਾ ਪਰ ਨੰਬਰ ਵਨ ਤੁਰੇ ਫਿਰਦੇ ਬਸ ਇਸੇ ਚੱਕਰ ਦੇ ਵਿੱਚ ਕੰਮ 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 ਬਸ ਕੰਮ ਕਰਾਂਗੇ ਤਾਂ ਹੀ ਤਾਂ ਜ਼ਿੰਦਗੀ 'ਚ ਨਜ਼ਾਰੇ ਲੈ ਆਉਂਦੇ ਬਿਨਾਂ ਕੰਮ ਤੋਂ ਕੋਈ ਨਹੀਂ ਪੁੱਛਦਾ ਪੁੱਛਦਾ ਭਾਜੀ ਬਿਨਾਂ ਕੰਮ ਨਾ ਭਾਜੀ ਬਿਲਕੁਲ ਅੱਜ ਤੁਸੀਂ ਵਿਹਲੇ ਬਹਿ ਜਾਓ ਆਪਣੇ ਘਰੇ ਜਾ ਕੇ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਮੇਰੇ ਵਰਗੇ ਵੀ ਫੋਨ ਨਹੀਂ ਹੋਣਾ ਤੁਹਾਨੂੰ ਤਿੰਨ ਮਹੀਨੇ ਮੈਂ ਮਜ਼ਾਕ ਨਹੀਂ ਕਰਦਾ ਗਹਿਰੀ ਹੁਣ ਤੂੰ ਆ ਕੰਮ ਛੱਡ ਕੇ ਤੂੰ ਘਰੇ ਵਿਹਲਾ ਬਹਿ ਜਾਵੇਂ ਮੈਂ ਇੱਕ ਦਿਨ ਤੇਰਾ ਫੋਨ ਚੱਕ ਲਊਂਗਾ ਦੋ ਦਿਨ ਫੋਨ ਚੱਕ ਲਊਂ ਤੀਜੇ ਦਿਨ ਮੈਂ ਵੀ ਨਹੀਂ ਚੱਕ ਉਹਨਾਂ ਦਾ ਵਿਹਲਾ ਹੈ ਕੰਮ ਦਾ ਹੀ ਪੁੱਛ ਗਿਆ ਯਾਰ ਇਹ ਚੀਜ਼ ਸਿੱਖੀ ਆ ਹੈਗੀ ਮਾੜੀ ਆ ਪਰ ਕੀ ਕਰੀਏ ਹੁਣ ਉਹਦੇ ਹਿਸਾਬ ਨਾਲ ਚੱਲਣਾ ਪੈਣਾ ਦੁਨੀਆਦਾਰੀ ਦੇ ਹਿਸਾਬ ਨਾਲ ਜੇ ਆਪਾਂ ਕੰਮ ਹੀ ਨਾ ਕਰਾਂਗੇ ਆਪਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਸੋ ਕੰਮ ਕਰਿਆ ਕਰੋ ਛੋਟਾ ਮੋਟਾ ਨਹੀਂ ਹੁੰਦਾ ਕੰਮ ਕਿਉਂ ਕਹਿ ਰਹੀ ਕੰਮ ਛੋਟਾ ਮੋਟਾ ਹੁੰਦਾ ਵੀ ਕੰਮ ਕੋਈ ਵੀ ਆ ਕੰਮ ਸੁੱਖ ਨਹੀਂ ਸਕਣਾ ਚਾਹੀਦਾ ਆਪਾਂ ਨੂੰ ਵੀਰ ਭਾਈ ਪੈਣ ਉਹ ਮਿਲਦੇ ਆ ਜਿਹੜੇ ਕਹਿੰਦੇ ਭਾਈ ਕੰਮ ਕਰਦੇ ਪਿਆ ਸੂਤਰ ਨਹੀਂ ਆਉਂਦਾ ਪਰ ਜਿੱਦਣ ਤੁਹਾਡਾ ਸੂਤਰ ਹੋਣਾ ਨਾ ਮੇਰੇ ਵੀਰੇ ਉੱਧਰ ਵੀ ਤੁਸੀਂ ਕਹਿਣਾ ਕਿ ਕੰਮ ਕਿੱਦਾਂ ਕਰੀਏ ਅਤੇ ਕੰਮ ਕਿੱਦਾਂ ਕਰੀਏ ਕੰਮ ਸਾਂਭਣ ਦਾ ਵਿਹਲ ਨਹੀਂ ਮਿਲਦਾ ਕਦੇ ਕਦੇ ਇੰਨਾ ਕੰਮ ਆ ਜਾਂਦਾ ਹੁੰਦਾ ਟਾਈਮ ਦਾ ਨਹੀਂ ਪਤਾ ਟਾਈਮ ਬੜਾ ਬਿਆਨ 'ਤੇ ਆਪਣੇ ਆਪ ਨੂੰ ਟਾਈਮ ਦੇਣਾ ਸਿੱਖੋ ਟਾਈਮ ਦਿਉਂਗੇ ਆਪਣੇ ਆਪ ਨੂੰ ਆਪਣੇ ਕੰਮ ਨੂੰ ਟਾਈਮ ਦਿਉਂਗੇ ਆਪਣੇ ਕੰਮ ਦੇ ਪ੍ਰਤੀ ਵਫਾਦਾਰ ਚੱਲੋਗੇ ਸਭ ਕੁਛ ਓਕੇ ਹੋਊਗਾ ਜਿਹੜੇ ਆ ਝੋਲ ਜੇ ਕਰ ਦੋ ਫਿਰ ਨਾ ਝੋਲ ਜੇ ਕਰਦੇ ਕਿ ਆਪਾਂ ਥੋੜ੍ਹੇ ਟਾਈਮ 'ਚ ਪੈਸਾ ਕਮਾ ਲਈ ਰਹੇ ਚਹੂ ਜੀ ਇਹ ਪੈਸਾ ਟਿਕਦਾ ਨਹੀਂ ਹੁੰਦਾ ਫਿਰ ਮੰਨ ਗਿਆ ਬਾਬਿਆਂ ਨੂੰ ਮੰਨਦੇ ਆ ਮੰਨਣਾ ਚਾਹੀਦਾ ਬਾਬੇ ਦਾ ਕੰਮ ਸੰਵਾਰਦੇ ਆ ਉਹਨਾਂ ਕਰਕੇ ਕੰਮ ਚੱਲ ਰਿਹਾ ਵਿੱਕੀ ਉਹ ਵਿੱਕੀ ਆਹ ਚੈੱਕ ਕਰ ਬਾਬੇ ਵਿੱਕੀ ਵੀ ਪਾਸ ਕਰਨੀ ਜ਼ਰੂਰ ਭਾਈ ਠੀਕ ਹੈ ਮੋਟਰ ਇਹਦੇ ਮੈਂ ਲਵਾਉਂਦਾ ਮੱਛੀ ਮੋਟਰ ਹੈ ਆਹ ਕਰੀ ਮੜਕ ਬਸ ਸਹੀ ਹੈ ਸਹੀ ਹੈ ਫਿਰ ਪਰ ਹੁਣ ਆਪਾਂ ਇੱਥੇ ਬੈਠੇ ਹੈਗਾ ਨੰਦ ਰੰਦਨ ਮਾੜਾ ਮੋਟਰ ਰੌਣਕ ਮੇਲਾ ਬਾਹਰ ਤਾਂ ਬੋਲ ਵੀ ਨਹੀਂ ਹੁੰਦਾ ਗਾਣੇ ਗੁਣੇ ਚੱਲਦੇ ਹੁੰਦੇ ਨਾ ਕੀ ਕਰਾਂ ਹੁਣ ਮੈਂ ਵਿੱਕੀ ਬਠਿੰਡੇ ਕਿਤੇ ਚੱਲੀ ਹੋਏ ਮੈਸੇਜ ਆ ਰਹੇ ਸਾਰਿਆਂ ਦੇ ਬਠਿੰਡੇ ਜਾਵਾਂਗੇ ਆਪਾਂ ਸੋਮਵਾਰ ਮੰਗਲਵਾਰ ਨੂੰ ਬਠਿੰਡੇ ਵਾਲੇ ਵਿੱਕੀ ਨੂੰ ਮਿਲਣਾ ਬਠਿੰਡੇ ਵਾਲਿਆਂ ਨੇ ਬਠਿੰਡੇ ਵਾਲੇ ਬਹੁਤ ਕਹਿੰਦੇ ਪਏ ਮੈਨੂੰ ਹੁਣੇ ਮੈਸੇਜ ਆ ਗਿਆ ਸਨੈਪਚੈਟ ਦੇ ਕਹਿੰਦੇ ਬਾਈ ਵਿੱਕੀ ਬਠਿੰਡੇ ਦਾ ਹੈ ਤਾਂ ਵਿੱਕੀ ਬਠਿੰਡੇ ਨਹੀਂ ਵੜਦਾ ਅੱਜ ਕੱਲ੍ਹ ਕਿਉਂਕਿ ਮਸਾਂ ਹੀ ਤਾਂ ਬਠਿੰਡੇ 'ਚੋਂ ਨਿਕਲੇ ਹਾਂ ਮਸਾਂ ਤਾਂ ਕੰਮ ਕਰਨ ਲੱਗੇ ਹਾਂ ਕਿਉਂ ਵਿੱਕੀ ਚਾਹ ਠੰਡੀ ਹੋ ਗਈ ਚਾਹ ਪੀ ਲਾ ਵਿੱਕੀ ਪਹਿਲਾਂ ਚਾਹ ਪੀ ਲਾ ਪੁੱਤ ਚਾਹ ਪੀ ਲਾ ਪੁੱਤ ਸ਼ਕਤੀ ਆਏਗੀ ਚਾਹ ਪੀ ਕੇ ਚਾਹ ਪੀ ਕੇ ਤਾਂ ਫਿਰ ਸ਼ਕਤੀ ਆਵੇਗੀ ਫਿਰ ਚਾਹ ਪੀ ਕੇ ਤਾਂ ਸ਼ਕਤੀ ਆਉਣੀ ਆ ਧੁੱਪ ਧੁੱਪ ਨਾਲ ਸ਼ਕਤੀ ਅੱਜ ਕੱਲ੍ਹ ਕਿੱਥੇ ਮਿਲਦੀ ਆ ਵਿੱਕੀ ਨੂੰ ਨਾ 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 ਜਾਦੂ ਨਾਲ ਜਾਦੂ ਨੂੰ ਕੱਲੀ ਚਾਹ ਦੇ ਨਾਲ ਨੀ ਚਾਹ ਮੱਠੀ ਹਾਂ
ਮੱਠੀ ਜਾਂ ਬਰਫੀ ਹੋਵੇ ਜਾਂ ਬੇਸਣ ਹੋਵੇ ਤੇਰੇ ਲਗਾ ਖੋਲ ਕੇ ਦਿਓ ਇਹਨੂੰ ਖੋਲ ਕੇ ਦਿਓ ਅਰਜੁਨ ਪਾਣੀ ਪੈ ਗਿਆ ਕੀ ਕਰੀ ਜਾਂਦੇ ਇਸਕੇ ਸਾਥ ਧੱਕਾ ਹੋ ਸਕਦਾ ਹੈ ਮੇਰੇ ਵੀ ਵਾਲ ਕੱਟ ਦੋ ਮੈਂ ਵੀ ਜਿਮ ਜਾਣਾ ਨਹੀਂ ਮੇਰੀ ਗੱਲ ਸੁਣ ਪਹਿਲਾਂ ਖਾਓ ਪਹਿਲਾਂ ਖਾ ਲਈਏ ਪਹਿਲਾਂ ਖਾਓ ਹਾਂ ਤੁਸੀਂ ਖਾ ਲਓ ਅਸੀਂ ਚਾਹ ਪੀ ਲਈ ਆ ਤੁਸੀਂ ਖਾਓ ਨਹੀਂ ਸਮਾਨ ਦੇਖੀਏ ਬੋਂਦ ਲਗਿਆ ਬੋਂਦ ਲਗਿਆ ਬੀਬੀ ਬੋਂਦ ਲਗੀ ਓਏ ਕਿਆ ਬਾਤ ਲਓ ਵੇ ਮਿੱਤਰੋ ਕਹਿੰਦੇ ਹੈਰੀ ਹੋਣੀ ਤਾਂ ਹੋ ਗਏ ਸਾਰੇ ਜਣੇ ਗਹਿਰੀ ਹੋਣੀ ਬਿਜ਼ੀ ਪੀਜ਼ੇ ਖਾਣ ਦੇ ਵਿੱਚ ਫੇਰ ਵਿੱਕੀ ਆਪ ਹੀ ਲੱਗਾ ਹੋਇਆ ਓਏ ਹੋਏ 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 ਕਿਆ ਇਹਨੂੰ ਪਤਾ ਵੀ ਹੈ ਕੀ ਹੈ ਕੀ ਹੈ ਵੀਰੇ ਇਹ ਮਾਮਾ ਟੱਟੀ ਆ ਉਹਦੀ ਦੂਜੇ ਦੀ ਕਿ ਉਹਨੂੰ ਕਹਿੰਦੇ ਆ ਸਾਡੀ ਨੀਂਦ ਪੈ ਰਹੀ ਕਾਲਾ ਚਟਾ ਹੋ ਜਾਵਾਂ ਤੂੰ ਨਹੀਂ ਪਵਾ ਲਈਆਂ ਘਰ ਤੇ ਪੈਸੇ ਕਿਉਂ ਬਣੇ ਆ ਉਹਨਾਂ ਨੇ ਕਿਹਾ ਗਾਰੰਟੀ ਲਿੱਤੀ ਉਹਨਾਂ ਨੇ ਕਿ ਮਾਮਾ ਗੋਡੇ ਗਿੱਟੇ ਉਹ ਤਾਂ ਕਾਲੇ ਰਹਿਣੇ ਹਾਂ ਸਾਫ ਹੈ ਭਾਈ ਅਕਾਊਂਟ 'ਚ ਪੈਸੇ ਨਹੀਂ ਹੈਗੇ ਮੇਰੇ ਕੋਲ ਵੀ ਚੱਕਿਆ ਬਣ ਜਾ ਆਦਿਕ ਸਾਫ ਹੈ ਗਿੱਟੇ ਵੀ ਤਾਂ ਹੈ ਕੋਈ ਨਹੀਂ ਭਾਜੀ ਕੋਈ ਨਹੀਂ ਹਲੋ ਆਪ ਵੀ ਕਹਿ ਕੋਈ ਨਹੀਂ ਤੁਸੀਂ ਆਪ ਵੀ ਕਹਿ ਕੋਈ ਨਹੀਂ ਠੀਕ ਹੈ ਸਾਨੂੰ ਅਰਸ਼ ਫੋਨ ਕਰ ਬੰਦ ਕਰੋ
ਗਲਤ ਗੱਲ ਆ ਸੋ ਮਿੱਤਰੋ ਵਲੌਗ ਦਾ ਐਂਡ ਇੱਥੇ ਕਰਨਾ ਪੈ ਰਿਹਾ ਆ ਕਿਉਂਕਿ ਵਲੌਗ 40-45 ਮਿੰਟ ਦਾ ਹੋ ਗਿਆ। ਸੋ ਤੁਸੀਂ ਬੋਰ ਨਾ ਹੋਵੋ ਇਸ ਲਈ ਆਪਾਂ ਵਲੌਗ ਨੂੰ ਕਰਦੇ ਇੱਥੇ ਹੀ ਖਤਮ ਤੇ ਅਗਲਾ ਵਲੌਗ ਵੀ ਇੱਥੇ ਸ਼ੁਰੂ ਕਰ ਦੇਣਾ ਆ ਉਹ ਕੱਲ ਨੂੰ ਆਪਾਂ ਅਪਲੋਡ ਕਰ ਦੇਵਾਂਗੇ। ਤੇ ਅੱਜ ਦਾ ਵਲੌਗ ਕਿੱਦਾਂ ਦਾ ਲੱਗਾ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦਾ ਲੱਗਿਆ। ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮੈਨੂੰ ਲੱਗਦਾ 50K ਸਬਸਕ੍ਰਾਈਬਰ ਸੋਣੇ ਹੀ ਆ। ਥੋੜੇ ਜਿਹੇ ਰਹਿ ਗਏ ਤੇ ਜਲਦੀ ਜਲਦੀ ਵਧਾ ਦਿਓ ਤੇ ਫਿਰ ਅਗਲਾ ਵਲੌਗ ਵੀ ਛੱਡੀਏ ਛੱਡ ਦਿੰਦੇ ਛੱਡੋ ਫਿਰ ਓਕੇ ਠੀਕ ਹੈ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਹਮੇਸ਼ਾ ਹੀ ਤਰ੍ਹਾਂ ਹੱਸਦੇ ਵਸਦੇ ਰਹੋ। ਹਾਂਜੀ।